ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਇਨਕਲਾਬ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਜਿੰਦਾਬਾਦ ਅੱਜ ਆਪਣੀ ਹੈਗੀ ਆ ਪਿੰਡਾਂ ਦੇ ਵਿੱਚ ਮੋਟਰਸਾਈਕਲ ਜਾਗਰੂਕਤਾ ਰੈਲੀ ਚੱਲਿਆ ਹੁਣ ਪਿੰਡਾਂ ਦੇ ਪੰਜ ਚਾਰ ਪਿੰਡ ਜਿਹੜੇ ਆਉਣਗੇ ਅੱਗੇ ਤੁਰਨ ਜਾਣਾ ਪਿੰਡਾਂ ਦੇ ਵਿੱਚ ਆਪਣੀ ਰੈਲੀ ਕਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਤੇ ਮੋਟਰਸਾਈਕਲ ਵਾਲੇ ਵੀਰ ਨੇ ਜਿਹੜੇ ਇਹ ਟੈਂਪੂ ਦੇ ਪਿੱਛੇ ਰੁਕਣਗੇ ਪਿੱਛੇ ਪਿੱਛੇ ਆਉਣਗੇ ਇਹ ਬੇਨਤੀ ਆ ਜੀ ਨੂੰ ਪ੍ਰਵਾਨ ਕਰਿਓ ਸਮੂਹ ਬੋੜਾ ਕਰਾਂ ਦੇ ਨਗਰ ਨਿਵਾਸੀਆਂ ਦੇ ਚਾਨਾਂ ਦੇ ਵਿੱਚ ਬੇਨਤੀ ਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਵੱਲੋਂ ਆਪਣੀ ਹਾਜ਼ਰੀ ਹੈ ਮੋਰਚੇ ਦੇ ਵਿੱਚ ਲਵਾਓ ਤੇ ਜਿਸ ਕਰਕੇ ਆਪਾਂ ਨੇ ਚੋਣ ਕਮੇਟੀਆਂ ਪਿੰਡ 'ਚ ਬਣਾਉਣੀਆਂ ਏ ਵੀ ਆਪਣੀ ਹਾਜ਼ਰੀ ਉਹਦੇ ਘੱਟੇ ਆ ਕਿਉਂਕਿ ਇਹ ਰਾਜਪਾਲਾਂ ਦਾ ਕੰਮ ਆ ਇਸ ਤੋਂ ਬਾਅਦ ਫਿਰ ਆਪਾਂ ਮੋਰਚੇ ਦੇ ਵਿੱਚ ਪਹਿਲਾਂ ਉਹਨੂੰ ਪੂਰਾ ਸਾਫ ਕਰਨਾ ਕਰਕੇ ਆਵਾਂਗੇ ਕਿਉਂਕਿ ਦੇਖਿਆ ਅੱਜ ਆਪਾਂ ਕੱਢ ਰਹੇ ਹਾਂ ਕਿਸਾਨ ਜਾਗਰੂਕਤਾ ਮੋਟਰਸਾਈਕਲ ਰੈਲੀ ਆਪਣੇ ਇੱਧਰ ਨਾਭੇ ਦੇ ਨੇੜੇ ਜਿਹੜੇ ਪਿੰਡ ਨੇ ਪਿੰਡਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਦੇ ਝੰਡੇ ਦੇ ਹੇਠਾਂ ਅੱਜ ਰੈਲੀ ਕੱਢ ਰਿਹਾ ਮੋਟਰਸਾਈਕਲ ਰੈਲੀ ਪਹਿਲਾਂ ਪਿੰਡ ਤੁਰਿਆਂ ਵਾਲੇ ਜਾਂ ਅੱਗੇ ਜਾਂਦੇ ਜਾਂਦੇ ਹਾਂ ਘੱਟ ਵੱਧ 26 ਤਰੀਕ ਦਾ ਪ੍ਰੋਗਰਾਮ ਆਪਣਾ ਉਹ ਭਾਰਤ ਬੰਦ ਦਾ ਹੈ ਇਹੀ ਬੇਨਤੀ ਮੈਂ ਕਿ ਚੌਕੀਦਾਰ ਦੀ ਤਰ੍ਹਾਂ ਹੁਕਮ ਦੇ ਕੇ ਸਾਡੇ ਪਿੰਡ ਵਿੱਚ ਪਹੁੰਚੇ ਆ ਤੁਹਾਨੂੰ ਬੇਨਤੀ ਆ ਕਿ ਤੁਸੀਂ ਪੱਕੇ ਆਗੂ ਨੂੰ ਦੇ 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 ਦਾ ਜਿਹੜਾ ਕੋਈ ਚੁਣੀ ਦੇ ਆ Thank you.
ਨੂੰ ਇਕੱਠੇ ਹੋਣਾ ਪੈਣਾ ਪੈਣਾ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਣਾ ਸੋ ਬੇਨਤੀ ਹੈ ਕਿ ਘਰ ਘਰ ਦਾ ਬੰਦਾ ਘਰ ਘਰ ਦਾ ਜੀ ਜਿਵੇਂ ਜਿਵੇਂ ਪ੍ਰੋਗਰਾਮ ਮਿਲਦਾ ਉਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਭਾਈ ਗੱਲਾਂ ਹੋ ਰਹੀਆਂ ਸੀ ਕਿ ਦਿੱਲੀ ਦੇ ਵਿੱਚ ਨੌਜਵਾਨਾਂ ਦੀ ਸੰਖਿਆ ਘੱਟਦੀ ਜਾਂਦੀ ਹੈ ਜਾਂ ਪੰਜਾਬ ਦੇ ਵਿੱਚ ਨੌਜਵਾਨ ਵਰਗ ਹੈ ਜਿਹੜਾ ਇਸ ਲੱਖ ਦੇ ਨਾਲ ਟੁੱਟਦਾ ਜਾ ਰਿਹਾ ਹੈ ਪਰ ਇਹਨੂੰ ਇੱਕ ਨੂੰ ਦਿਖਾਉਣ ਵਾਸਤੇ ਆਪਾਂ ਨੇ ਕੋਈ ਤਰੀਕ ਨੂੰ ਹਾਂਜੀ ਅੱਜ ਦੀ ਆਪਣੀ ਮੋਟਰਸਾਈਕਲ ਰੈਲੀ ਸੀ ਜੋ ਸਮਾਪਤੀ ਹੋ ਚੁੱਕੀ ਆ ਉਹਦੀ ਜਾਗਰੂਕਤਾ ਰੈਲੀ ਸੀ ਅੱਜ ਦੀ ਆਪਣੇ ਨੇੜੇ ਦੇ ਪਿੰਡਾਂ ਦੇ ਵਿੱਚ ਪਿੰਡ ਬੌੜਾਂ ਗਲਾਂ ਚੱਲੇ ਜੋ ਵੀ ਨੇੜੇ ਤੇਰੇ ਪੰਜ ਛੇ ਪਿੰਡ ਸੀ ਉਹਨਾਂ ਦੇ ਵਿੱਚ ਗਏ ਹਾਂ ਇਹ ਮੁੱਖ ਰੱਖਦੇ ਸੀ ਵੀ ਸੁਣਨ 'ਚ ਆ ਰਿਹਾ ਕਹਿੰਦੇ ਵੀ ਨੌਜਵਾਨ ਟੁੱਟਦੇ ਜਾ ਰਹੇ ਨੇ ਪਰ ਮਿਹਨਤ ਕਿਤੇ ਨਜ਼ਰ ਨਹੀਂ ਆਇਆ ਪਰ ਫਿਰ ਵੀ ਇਹ ਨੌਜਵਾਨਾਂ ਦੇ ਹੱਕ 'ਚ ਸੀ ਜਾਗਰੂਕਤਾ ਦੇ ਲਈ ਆਪਾਂ ਨੂੰ ਸਭ ਨੂੰ ਅੱਗੇ ਹੋ ਕੇ ਹੁਣ ਚੱਲਣਾ ਚਾਹੀਦਾ ਜੋ ਅੱਗੇ ਪ੍ਰੋਗਰਾਮ ਰੱਖੇ ਗਏ ਨੇ ਉਸਦੇ ਲਈ ਅਤੇ ਰੈਲੀ ਦੇ ਵਿੱਚ ਵਧੀਆ ਬਹੁਤ ਵਧੀਆ ਚੱਲਿਆ ਬਹੁਤ ਵਧੀਆ ਇਕੱਠ ਸੀ ਅਤੇ ਅੱਗੇ ਵਾਸਤੇ ਨਾਲ ਜੁੜੇ ਰਹੋ